بسم اللہ الرحمن الرحیم السلام علیکم ویورز کی حال امید ہے سارے ٹھیک ہونگے اللہ تعالی سارے نوں اپنی کرنج خوش رکھے آباد رکھے آمین سُما آمین اج تے ویورز بہت ہی مزے دی تے زبردست دی دلچسپی ویڈیو تھارے لیے اج لے کے ائی ہاں چلو دیکھدیاں کہ اپ آج کی کرن لگے ہیں آٹے نتے تسی استری پھیرو تے دا کمال دیکھو بہت ہی آسان دی ریسپی ہے تسی ضرور ویڈیو نوں جلانا لائک تے شیئر کرے اگر جے تھانو ویڈیو پسند آ جاوے تے تسی ਇਸ ਰੈਸਪੀ ਨੂੰ ਟ੍ਰਾਈ ਵੀ ਜ਼ਰੂਰ ਕਰਿਆ ਜੀ ਕਿਉਂਕਿ ਬਹੁਤ ਹੀ ਆਸਾਨ ਤੇ ਮਜ਼ੇਦਾਰ ਜੀ ਰੈਸਪੀ ਹੈ ਚਲੋ ਦੇਖਦੇ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਤੇ ਕੀ ਬਣਾਇਆ ਹੈ ਸਭ ਤੋਂ ਪਹਿਲੇ ਆਪਾਂ ਪਾਣੀ ਲਵਾਂਗੇ ਅੱਜ ਤੁਹਾਨੂੰ ਮੈਂ ਮੈਗਰਮੈਂਟ ਨਹੀਂ ਦੱਸਾਂਗੀ ਤੁਹਾਨੂੰ ਅੰਦਾਜ਼ਾ ਦੱਸਾਂਗੀ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਢੋ ਨੂੰ ਅੱਛੇ ਤਰੀਕੇ ਨਾਲ ਬਣਾ ਸਕਦੇ ਹੋ ਪਾਣੀ ਲੈ ਲਿਆ ਤੁਸੀਂ 1 ਕੱਪ ਹੋਣਾ ਕੱਪ ਅੱਧਾ ਕੱਪ ਜਿੰਨਾ ਤੁਸੀਂ ਲੈਣਾ ਵਾ ਓਨਾਂ ਕਿ ਤੁਸੀਂ ਪਾਣੀ ਲੈ ਲਓ ਪਾਣੀ ਨੂੰ ਥੋੜਾ ਗਰਮ ਹੋਣ ਦਵਾਂਗੇ ਇਹਦੇ ਵਿੱਚ ਥੋੜਾ ਜਿਹਾ ਨਮਕ ਸ਼ਾਮਲ ਕਰਕੇ ਬਹੁਤ ਹੀ ਆਸਾਨ ਤੇ ਮਜ਼ੇਦਈ ਰੈਸਪੀ ਹੈ ਇਸ ਵੀ ਕੇ ਨਾਲ ਜਦੋਂ ਤੁਸੀਂ ਡੋ ਬਣਾਉਂਗੇ ਤੁਹਾਡੀ ਡੋ ਜਿਹੜੀ ਬਹੁਤ ਹੀ ਸਮੂਥ ਤੇ ਸੌਫਟ ਬਣੇਗੀ ਫਲੈਕਸੀਬਲ ਹੋਏਗੀ ਤੁਹਾਨੂੰ ਉਹਨੂੰ ਹੈਂਡਲ ਕਰਨਾ ਜ਼ਰਾ ਵੀ ਮੁਸ਼ਕਿਲ ਨਹੀਂ ਹੋਏਗਾ ਤੇ ਹੁਣ ਇਹਦੇ ਵਿੱਚ ਆਪਾਂ ਮੈਦਾ ਸ਼ਾਮਿਲ ਕਰਾਂਗੇ ਮੈਦਾ ਆਪਾਂ ਕਿੰਨਾ ਸ਼ਾਮਿਲ ਕਰਨਾ ਵਾ ਇਹੀ ਚੀਜ਼ ਆ ਕਿ ਜਿਹਦਾ ਤੁਹਾਨੂੰ ਅੰਦਾਜ਼ਾ ਦੱਸਣਾ ਵਾ ਕਿ ਐਵੇਂ 1 ਕੱਪ ਮੈਦਾ ਲੈ ਲਿਆ ਵਾ ਤੇ ਹੁਣ ਇਸ ਤੋਂ ਇਲਾਵਾ ਵੀ ਉਹਨਾ ਮੈਦਾ ਇਹਦੇ ਵਿੱਚ ਆਪਾਂ ਸ਼ਾਮਿਲ ਕਰਾਂਗੇ ਥੋੜਾ ਥੋੜਾ ਕਰਕੇ 1 ਕੱਪ ਲੱਗ ਜAVE ਤੁਹਾਡਾ 1.5 ਕੱਪ ਲੱਗ ਜਾਵੇ ਕਿਉਂਕਿ ਕੱਪ ਦੀ ਮੈਜ਼ਰਮੈਂਟ ਕੋਈ ਨਰਮਤਰ ਪਰਨ ਨਾਲ ਤੇ ਜਾਂ ਨਾਪਨ ਆਪਕੇ ਪਰਨ ਦੇ ਨਾਲ ਕੋਈ ਫਰਕ ਆ ਜਾਂਦਾ ਵਾ ਤੇ ਇਸ ਲਈ ਤੁਸੀਂ ਇੰਨਾ ਕ ਇਹਦੇ ਵਿੱਚ ਮੈਦਾ ਹੁਣ ਇਸ ਪਾਣੀ 'ਚ ਸ਼ਾਮਿਲ ਕਰਨਾ ਵਾ ਕਿ ਜਿੰਨਾ ਤੁਹਾਡਾ ਅੱਛੇ ਤਰੀਕੇ ਦੇ ਨਾਲ ਇਹਦੀ ਡੋ ਬਣ ਜਾਵੇ ਥੋੜਾ ਥੋੜਾ ਕਰਕੇ ਮੈਦਾ ਤੁਸੀਂ ਸ਼ਾਮਿਲ ਕਰਦੇ ਜਾਣਾ ਤੇ ਜਿੰਨੀ ਦੇਰ ਤੱਕ ਇਸ ਤਰ੍ਹਾਂ ਦੀ ਡੋ ਨਾ ਬਣ ਜਾਵੇ ਤੁਸੀਂ ਹੌਣਾ ਮੈਦਾ ਸ਼ਾਮਿਲ ਕਰ ਲੈਣਾ ਕਿਉਂਕਿ ਇਹਨੂੰ ਤੁਸੀਂ ਬਿਲਕੁਲ ਪਤਲਾ ਲੇਟੀ ਵਰਗਾ ਜਾਂ ਲਿਕਵਿਡ ਡੋ ਵਰਗਾ ਨਹੀਂ ਰੱਖਣਾ ਤੇ ਹੁਣ ਇਹਨੂੰ ਇਸੇ ਤਰ੍ਹਾਂ ghee ਦਾ ਹੱਥ ਲਗਾ ਲਗਾ ਕੇ ਇਹਨੂੰ ਆਪਾਂ ਥੋੜਾ ਜਿਹਾ ਮਸਲ ਲਾਂਗੇ वैसे बिल्कुल सॉफ्ट है कोई ਨੂੰ ਜ਼ਰੂਰਤ ਨਹੀਂ ਨੀਡ ਕਰਨ ਦੀ ਲੇਕਿਨ ਥੋੜਾ ਜਿਹਾ ਨੀਡ ਕਰ ਲੋ ਜੇ ਤੁਹਾਨੂੰ ਕੋਈ ਸ਼ੱਕ ਹੈ ਕਿ ਪਤਾ ਨਹੀਂ ਹੈਂਡਲ ਹੋਏਗਾ ਜਾਂ ਨਹੀਂ ਹੋਏਗਾ ਥੋੜਾ ਜਿਹਾ ਬਸ ਨੀਡ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਬਹੁਤ ਜ਼ਿਆਦਾ ਇਹਦੇ ਇੱਕ ਦੋ ਮਿੰਟ ਵਾਸਤੇ ਤੁਸੀਂ ਰੱਖ ਦੋ ਤੇ ਉਸ ਤੋਂ ਬਾਅਦ ਥੋੜਾ ਜਿਹਾ ਇਹਨੂੰ ਹੱਥ ਮਾਰ ਲਓ ਬਸ ਤੇ ਇਹ ਦੇਖੋ ਮਾਸ਼ਾਅੱਲਾ ਕਿੰਨੀ ਜ਼ਬਰਦਸਤ ਜੀ ਤੇ ਫਲੈਕਸੀਬਲ ਜੀ ਡੋ ਆਪਣੇ ਬਣ ਕੇ ਤਿਆਰ ਹੋ ਗਈ ਆ ਤੇ ਡੋ ਦੇ ਨਾਲ ਆਪਾਂ ਚਾਰ ਪੇੜੇ ਬਣਾ ਲਏ ਇੰਨੀ ਡੋ ਦੇ ਵਿੱਚ ਪੇੜਾ ਆਮ ਜਿਸ ਤਰ੍ਹਾਂ ਆਪਾਂ ਰੋਟੀ ਦਾ ਪੇੜਾ ਬਣਾਇਦਾ ਨਾ ਉਸੇ ਤਰੀਕੇ ਦੇ ਨਾਲ ਤੁਸੀਂ ਇਹਦਾ ਪੇੜਾ ਬਣਾਣਾ ਵਾ ਤੇ ਇਹਨੂੰ ਹੁਣ ਆਪਾਂ ਬੇਲ ਲਾਂਗੇ ਪੇੜੇ ਦਾ ਸਾਈਜ਼ ਤੁਸੀਂ ਇੰਨਾ ਕੀ ਰੱਖਣਾ ਵਾ ਇਸ ਤੋਂ ਜ਼ਿਆਦਾ ਵੱਡਾ ਪੇੜਾ ਨਹੀਂ ਕਰਿਓ ਕਿਉਂਕਿ ਆਪਾਂ ਬਹੁਤ ਜ਼ਿਆਦਾ ਵੱਡੀ ਰੋਟੀ ਇਹਦੀ ਨਹੀਂ ਬੇਲਣੀ ਨਾਰਮਲ ਸਾਈਜ਼ ਹੀ ਰੱਖਣਾ ਵਾ ਆਪਾਂ ਤੇ ਛੋਟੀਆਂ ਛੋਟੀਆਂ ਟਿੱਕੀਆਂ ਤੁਸੀਂ ਇਹਦੀਆਂ ਬੇਲ ਕੇ ਤੇ ਤੁਸੀਂ ਇੱਕ ਸਾਈਡ ਤੇ ਕਰਦੇ ਜਾਣਾ ਵਾ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵਿਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਜੇ ਨਲ ਬੈਲ ਆਈਕਨ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਮੇਰੇ ਬਾਕੀ ਦੇ ਚੈਨਲ ਦਾ ਵੀ ਵਿਜ਼ਿਟ ਕਰੋ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਤੇ ਜ਼ਰੂਰ ਉਹਨਾਂ ਨੂੰ ਵੀ ਲਾਈਕ ਤੇ ਸ਼ੇਅਰ ਕਰੋ ਐਸੀ ਤਰੀਕੇ ਦੇ ਨਾਲ ਆਪਾਂ ਸਾਰੀਆਂ ਜਿਹੜੀਆਂ ਰੋਟੀਆਂ ਬੇਲ ਲੈਣੀਆਂ ਉਹ ਚਾਰ ਪੇੜੇ ਬਣੇ ਸੀ ਨੀ ਡੋਅ ਦੇ ਵਿੱਚ ਤੁਹਾਡਾ ਆਟਾ ਜ਼ਿਆਦਾ ਹੋਏਗਾ ਮੈਦਾ ਤੇ ਤੁਹਾਡੇ ਜ਼ਿਆਦਾ ਵੀ ਜਿਹੜੇ ਪੇੜੇ ਬਣ ਸਕਦੇ ਆ ਤੇ ਤੁਸੀਂ ਲੇਕਿਨ ਬਣਾਣਾ ਫਿਰ ਵੀ ਚਾਰ ਚਾਰ ਦਾ ਹੀ ਸੈਟ ਆ ਹੁਣ ਇਹਦੀ ਆਇਲਿੰਗ ਕਰਾਂਗੇ ਅੱਛੇ ਤਰੀਕੇ ਦੇ ਨਾਲ ਆਇਲਿੰਗ ਜਿਹੜੀ ਆ ਤੁਸੀਂ ਕਿਨਾਰਿਆਂ ਤੇ ਬਹੁਤ ਜ਼ਬਰਦਸਤ ਤਰੀ ਤੇ ਬਿਲਕੁਲ ਕੰਜੂਸੀ ਨਹੀਂ ਕਰਨੀ ਆਇਲਿੰਗ ਕਰਦਿਆਂ ਹੋਇਆਂ ਬਹੁਤ ਹੀ ਮਜ਼ੇਦਿੱਤ ਤੇ ਇੰਟਰਸਟਿੰਗ ਜੀ ਰੈਸਪੀ ਆ ਤੁਸੀਂ ਇਹਨੂੰ ਜ਼ਰੂਰ ਫੁੱਲ ਵਾਚ ਕਰਨਾ ਵਾ ਵੀਡੀਓ ਨੂੰ ਤਾਂ ਕਿ ਤੁਹਾਡੀ ਵੀ ਜਿਹੜੀ ਰੈਸਪੀ ਬਿਲਕੁਲ ਵੀ ਖਰਾਬ ਨਾ ਹੋਵੇ ਤੇ ਤੁਹਾਨੂੰ ਵੀ ਇਫਤਾਰੀ ਕਰਨੀ ਜਿਹੜੀ ਐ ਇੰਨੀ ਇਫਤਾਰੀ ਕਰਨੀ ਸੌਰੀ ਨਹੀਂ ਇਫਤਾਰੀ ਬਣਾਣੀ ਜਿਹੜੀ ਐ ਨਾ ਤੁਹਾਨੂੰ ਇੰਨੀ ਮੁਸ਼ਕਿਲ ਨਾ ਲੱਗੇ ਕਿਉਂਕਿ ਰਮਜ਼ਾਨ ਸ਼ਰੀਫ ਦੇ ਵਿੱਚ ਹੋਰ ਕੰਮ ਤੇ ਆਪਾਂ ਕਰਨੇ ਹੁੰਦੇ ਲੇਕਿਨ ਨਾਲ ਇਹ ਵੀ ਲਾਲਚ ਹੁੰਦਾ ਕਿ ਇਬਾਦਤ ਪਹਿਲੇ ਨਾਲੋਂ ਰੁਟੀਨ ਨਾਲੋਂ ਜ਼ਿਆਦਾ ਕਰ ਲਈਏ ਤੇ ਇਸ ਲਈ ਉਹ ਰੈਸਪੀ ਚੂਜ਼ ਕਰੋ ਜਿਹੜੀ ਤੁਹਾਡੇ ਲਈ ਆਸਾਨੀ ਪੈਦਾ ਕਰੇ ਨਾ ਕਿ ਉਹ ਰੈਸਪੀ ਚੂਜ਼ ਕਰੋ ਕਿ ਉਧਰੋਂ ਫਤਾਰੀ ਦਾ ਟਾਈਮ ਹੋ ਜAVE ਤੇ ਤੁਸੀਂ ਰੈਸਪੀ ਦੇ ਵਿੱਚ ਫਸੇ ਰਵੋ ਤੇ ਇਸ ਲਈ ਇਹ ਰੈਸਪੀ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਆਸਾਨੀ ਰੈਸਪੀ ਐ ਨੂੰ ਤੁਸੀਂ ਸਵੇਰ ਨੂੰ ਵੀ ਤਿਆਰ ਕਰਕੇ ਰੱਖ ਸਕਦੇ ਹੋ ਤੇ ਸ਼ਾਮ ਟਾਈਮ ਤੁਸੀਂ ਇਹਦੀ ਜਿਹੜੀ ਆ ਫਾਈਨਲ ਫਾਈਨਲ ਟੱਚ ਇਹਨੂੰ ਤੁਸੀਂ ਦੇ ਲੋ ਤੇ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਮੈਂ ਹੁਣੇ ਦੇ ਉੱਤੇ ਫਿਰ ਦੁਬਾਰਾ ਜਿਆਦਾ ساری ਆਇਲਿੰਗ ਕਰ ਲਈ ਹੈ ਇਸੇ ਢਿਗੇ ਨਾਲ ਚਾਰੀ ਟਿਕੀਆਂ ਜਿਹੜੀਆਂ ਆਪਾਂ ਉਹਨਾਂ ਨੂੰ ਉੱਪਰ-ਨੀਚੇ ਕਰਕੇ ਆਇਲਿੰਗ ਕਰਕੇ ਵਿੱਚ ਥੋੜਾ ਜਿਹਾ ਮੈਦਾ ਸਪ੍ਰਿੰਕਲ ਕਰਕੇ ਤੇ ਉਹਨੂੰ ਜੋੜ ਲਿਆ ਵਾ ਆਪਾਂ ਤੇ ਹੁਣ ਇਹਨਾਂ ਨੂੰ ਕਰਾਂਗੇ ਬੇਲਾਂਗੇ ਆਪਾਂ ਬੇਲਦਿਆਂ ਹੋਇਆਂ ਕੋਈ ਟਿੱਕੀ ਥੋੜੀ ਬਹੁਤ ਛੋਟੀ ਵੱਡੀ ਰਹਿ ਜਾਂਦੀ ਹੁੰਦੀ ਹੈ ਇਹਦੇ ਕੋਈ ਤੁਸੀਂ ਟੈਨਸ਼ਨ ਨਹੀਂ ਲੈਣੀ ਇਹਨਾਂ ਨੂੰ ਸਾਰੀਆਂ ਟਿੱਕੀਆਂ ਨੂੰ ਅੱਛੇ ਤਰੀਕੇ ਦੇ ਨਾਲ ਆਪਾਂ ਬੇਲਾਂਗੇ ਜਿੰਨੀ ਕਿ ਬੜੀ ਹੋ ਸਕਦੀ ਆ ਉਹਨੀ ਬੜੀ ਇਹਨੂੰ ਤੁਸੀਂ ਕਰ ਲੈਣਾ ਮਾ ਬਹੁਤ ਜ਼ਿਆਦਾ ਬڑا ਪੇੜਾ ਨਹੀਂ ਲੈਣਾ ਤੁਸੀਂ ਨਹੀਂ ਤੇ ਫਿਰ ਉਹ ਜ਼ਿਆਦਾ ਜਿਹੜਾ ਨਾ ਵੇਸਟ ਹੋ ਜਾਏਗਾ ਤੇ ਇਹ ਦੇਖੋ ਦੂਸਰੀ ਸਾਈਡ ਤੋਂ ਵੀ ਜਦੋਂ ਉਹਨਾਂ ਨੂੰ ਬੇਲ ਲਿਆ ਵਾ ਤੇ ਜਿਹੜੇ ਸਾਈਜ਼ ਛੋਟੇ ਰਹਿ ਗਏ ਸੀ ਉਹ ਖੁੱਦੀ ਹੈ ਨਾ ਬਰਾਬਰ ਹੋ ਗਿਆ ਲੇਕਿਨ ਫਿਰ ਵੀ ਕੋ ਥੋੜੀ ਬਹੁਤ ਸਾਈਜ਼ ਦਾ ਫਰਕ ਰਹਿ ਜਾਵੇ ਤੇ ਕੋਈ ਇਸ਼ੂ ਨਹੀਂਗਾ ਕਿਉਂਕਿ ਆਪਾਂ ਚਾਹੀਦਾ ਇਹਦਾ ਸੈਂਟਰ ਵਾਲਾ ਪਾਰਟ ਤੇ ਰੋਟੀ ਆਪਾਂ ਬੇਲ ਲਈ ਆ ਤੇ ਹੁਣ ਇਹਦੇ ਉੱਪਰ ਰੱਖਾਂਗੇ ਬਟਰ ਪੇਪਰ ਜਰ ਕੋ ਬਟਰ ਪੇਪਰ ਨਾ ਹੋਵੇ ਤਾਂ ਤੁਸੀਂ ਸਾਦਾ ਜਿਹੜਾ ਕਾਗਜ਼ ਹੁੰਦਾ ਨਾ ਕਾਪੀ ਦਾ ਬੜਾ ਪੇਪਰ ਜਿਹੜਾ ਹੁੰਦਾ ਉਹਨੂੰ ਤੁਸੀਂ ਗ੍ਰੀਸ ਕਰਕੇ ਨਾ ਆਇਲ ਵਗੈਰਾ ਲਗਾ ਕੇ ਉਹਦੇ ਨਾਲ ਵੀ ਇਹ ਕੰਮ ਕਰ ਸਕਦੇ ਹੋ ਤੇ ਇਹਨੂੰ ਹੁਣ ਆਪਾਂ ਲਵਾਂਗੇ ਇਸਤਰੀ ਇਸਤਰੀ ਦੇ ਨਾਲ ਆਪਾਂ ਇਹਨੂੰ ਜੜਾਵਾ ਨਾ ਅੱਛੇ ਤਰੀਕੇ ਦੇ ਨਾਲ ਸੇਕਾਂਗੇ ਇਪਕਿ ਦਾ ਕੰਮ ਤੁਸੀਂ ਤਵੇ ਤੇ ਵੀ ਕਰ ਸਕਦੇ ਇੰਨੀਆਂ ਰੋਟੀ ਬਣਾ ਕੇ ਤੇ ਤੁਸੀਂ ਇਹਨੂੰ ਤਵੇ ਤੇ ਵੀ ਸੇਕ ਸਕਦੇ ਹੋ ਜਿਸ ਤਰ੍ਹਾਂ ਆਪਾਂ ਮਾਂਡਾ ਪੱਟੀ ਬਣਾਈਦੀ ਆ ਆਮ ਤੌਰ ਤੇ ਲੇਕਿਨ ਇਸ ਤਰੀਕੇ ਦੇ ਨਾਲ ਜਰਾ ਨਾ ਜ਼ਿਆਦਾ ਜਲਦੀ ਬਣ ਜਾਂਦੀ ਆ ਤੇ ਬਿਲਕੁਲ ਇਸ ਤਰ੍ਹਾਂ ਹੁੰਦੀ ਆ ਕਿ ਸਾਰੀ ਮਾਂਡਾ ਪੱਟੀ ਨਾ ਤੁਹਾਡੀ ਇਕੁਅਲ ਜਿਹੜੀ ਆ ਇੱਕ ਤੇ ਸੇਕ ਹੋ ਜਾਏਗੀ ਦੂਸਰੇ ਨੰਬਰ ਤੇ ਇਹ ਕਿ ਜੇ ਸਾਈਡਾਂ ਤੇ ਜਦੋਂ ਆਪਾਂ ਇਸ ਤਰੀ ਫੇਰੀਦੀ ਆ ਨਾ ਇਹਦਾ ਨਫਾ ਇਹ ਵਾ ਕਿ ਜੇ ਕਿਤੇ ਰੋਟੀ ਬੇਲਣ ਲੱਗਿਆ ਥੋੜੀ ਬਹੁਤ ਮੋਟੀ ਰਹਿ ਜਾਵੇ ਤੇ ਉਹ ਵੀ ਪਤਲੀ ਹੋ ਜਾਂਦੀ ਆ ਕਿਨਾਰੇ ਜਿਹੜੇ ਆ ਖਾਸ ਤੌਰ ਤੇ ਕਿਨਾਰਿਆਂ ਤੇ ਤੁਸੀਂ ਜ਼ਰੂਰ ਇਸ ਤਰੀ ਫੇਰਨੀ ਆ ਤਾਂ ਕਿ ਕਿਨਾਰੇ ਵੀ ਜਿਹੜੇ ਆ ਅੱਛੇ ਤਰੀਕੇ ਦੇ ਨਾਲ ਪਤਲੇ ਹੋ ਜਾਣ ਤੇ ਜਦੋਂ ਆਪਾਂ ਰੋਟੀ ਨੂੰ ਅਲੱਗਾਂ ਕਰੀਏ ਤੇ ਰੋਟੀ ਬਿਲਕੁਲ ਅੱਛੇ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਅਲੱਗਾ ਹੋ ਜAVE ਇੱਕ ਹੱਥ ਦੇ ਨਾਲ ਹੀ ਤੁਹਾਨੂੰ ਰੋਟੀ ਅਲੱਗਾ ਜਿਹੜੀ ਹੋ ਜਾਵੇ ਤੁਹਾਡੀ ਤੇ ਥੋੜਾ ਥੋੜੀ ਦੇਰ ਬਾਅਦ ਤੁਸੀਂ ਇਹਨੂੰ ਚੁੱਕ ਕੇ ਤੇ ਦੇਖਦੇ ਰਹਿਣਾ ਵਾ ਇਹਦੀ ਸਾਈਡ ਵੀ ਚੇਂਜ ਕਰ ਸਕਦੇ ਹੋ ਤੁਸੀਂ ਤਾਂ ਕਿ ਅੱਛੇ ਤਰੀਕੇ ਦੇ ਨਾਲ ਦੋਨਾਂ ਸਾਈਡਾਂ ਤੋਂ ਨਾ ਰੋਟੀ ਪੱਕ ਜਾਵੇ ਇੱਕ ਸਾਈਡ ਤੇ ਤੁਸੀਂ ਇਹ ਚੀਜ਼ ਦਾ ਖਿਆਲ ਰੱਖਣਾ ਇੱਕ ਹੀ ਜਗ੍ਹਾ ਤੇ ਇਸਤਰੀ ਨੂੰ ਜ਼ਿਆਦਾ ਟਾਈਮ ਤੱਕ ਨਹੀਂ ਰੱਖਣਾ ਜੇ ਜ਼ਿਆਦਾ ਦੇਰ ਲਈ ਇਸਤਰੀ ਰੱਖੋਗੇ ਇੱਕ ਹੀ ਜਗ੍ਹਾ ਤੇ ਤੇ ਉਹ ਫਿਰ ਜਿਹੜਾ ਨਾ ਬਟਰ ਪੇਪਰ ਆ ਉਹ ਚਿਪਕ ਜਾਏਗਾ ਤੇ ਨੀਚੋਂ ਰੋਟੀ ਜਿਹੜੀ ਆ ਉਹ ਵੀ ਫਟਣ ਦਾ ਖਤਰਾ ਹੁੰਦਾ ਵਾ ਤੇ ਇਸ ਲਈ ਬਸ ਤੁਸੀਂ ਇਸਤਰੀ ਨੂੰ ਚਲਾਉਂਦੇ ਰਹਿਣਾ ਵਾ ਉਹਦੇ ਉੱਪਰ ਲੇਕਿਨ ਜ਼ਿਆਦਾ ਇੱਕ ਜਗ੍ਹਾ ਤੇ ਤੁਸੀਂ ਇਸਤਰੀ ਨੂੰ ਟਿਕਾ ਕੇ ਨਹੀਂ ਰੱਖਣਾ ਰਾਤ ਦਾ ਟਾਈਮ ਆ ਫਿਰ ਵੀ ਮੱਖੀ ਜਿਹੜੀ ਹੈ ਨਾ ਇੱਕ ਬਿਲਕੁਲ ਤੰਗ ਕਰੀ ਜਾ ਰਹੀ ਹੈ ਇਹਨੂੰ ਤੁਸੀਂ ਇਗਨੋਰ ਕਰਨਾ ਵਾ ਇਹਦੀ ਕੋ ਮਾਸ਼ਾਅੱਲਾ ਬਿਲਕੁਲ ਥੋੜਾ ਜਿਹਾ ਆਪਾਂ ਹੁਣ ਚੈੱਕ ਕਰ ਲਾਂਗੇ ਤੇ ਇਹ ਦੇਖੋ ਰੋਟੀ ਆਪਣੀ ਜਿਹੜੀ ਹੈ ਨਾ ਅਲੱਗਾਂ ਹੋ ਰਹੀ ਆ ਦੇਖੋ ਤੇ ਹੁਣ ਆਪਾਂ ਬਟਰ ਪੇਪਰ ਨੂੰ ਸਾਈਡ ਤੇ ਕਰਤਾ ਵਾ ਇਸਤਰੀ ਨੂੰ ਵੀ ਸਾਈਡ ਤੇ ਬਿਲਕੁਲ ਧਿਆਨ ਦੇ ਨਾਲ ਤੁਸੀਂ ਕਰਨਾ ਵਾ ਤੇ ਇਹ ਦੇਖੋ ਮੇਰੇ ਕੋ ਵੀ ਥੋੜਾ ਜਿਹਾ ਸੁਰਾਖ ਹੋ ਗਿਆ ਸੀ ਇਸ ਲਈ ਮੈਂ ਤੁਹਾਨੂੰ ਦੱਸਿਆ ਕਿ ਇੱਕ ਜਗ੍ਹਾ ਉਹ ਅਸੀਂ ਫੇਰ ਕੈਮਰਾ ਵਗੈਰਾ ਸੈੱਟ ਕਰਨ ਲੱਗ ਪਈਦਾ ਨਾ ਤੋ ਇਸਤਰੀ ਇੱਕ ਜਗ੍ਹਾ ਕਿਤੇ ਰੱਖ ਕੇ ਭੁੱਲ ਹੋ ਗਿਆ ਤੇ ਇਸ ਲਈ ਥੋੜੀ ਜਿਹੀ ਆ ਦੇਖੋ ਕਿੰਨੀ ਸੌਫਟ ਤੇ ਟ੍ਰਾਂਸਪੇਰੈਂਟ ਬਣੀ ਆ ਰੋਟੀ ਇਸੇ ਤਰੀਕੇ ਦੇ ਨਾਲ ਆਪਾਂ ਬਾਕੀ ਜਿਹੜੀਆਂ ਉਵਿਲਾ ਦਾ ਕਰ ਲਾਂਗੇ ਹੁਣ ਦੂਸਰੀ ਵੀ ਆਪਾਂ ਚੈੱਕ ਕਰਕੇ ਦੇਖਦੇ ਹਾਂ ਜੇ ਤੇ علیحدਦਾ ਹੋ ਗਈ ਤੇ ਇਸ ਤਰ੍ਹਾਂ ਹੀ ਇਹਨੂੰ ਆਪਾਂ ਉਤਾਰ ਲਾਂਗੇ ਨਹੀਂ ਤੇ ਆਪਾਂ ਥੋੜੀ ਜੀ ਇਸਤਰੀ ਹੋਰ ਚਲਾਵਾਂਗੇ ਹਜੇ علیحدਦਾ ਨਹੀਂ ਹੋ ਰਹੀ ਤੇ ਹੁਣ ਇਹਨੂੰ ਜਿਹੜਾ ਨਾ ਇਹ ਦੇਖੋ ਚੈੱਕ ਕਰ ਲੈਨੇ ਥੋੜੀ ਜੀ ਇਹਨੂੰ ਹਜੇ ਕਸਰ ਆ ਦੁਬਾਰਾ ਬਟਰ ਪੇਪਰ ਉੱਪਰ ਰੱਖਾਂਗੇ ਤੇ ਇਹਨੂੰ ਆਪਾਂ ਥੋੜੀ ਜੀ ਇਹ ਨਾ ਇੱਕ ਤੋਂ ਡੇਢ ਮਿੰਟ ਵਾਸਤੇ ਇਸਤਰੀ ਦੁਬਾਰਾ ਫੇਰ ਲਈਏ ਦੇ ਉੱਪਰ ਤੇ ਉਸ ਤੋਂ ਬਾਅਦ ਇਹ ਦੇਖੋ ਇਹ ਵੀ ਰੋਟੀ ਆਪਣੀ علیحدਦਾ ਹੋ ਗਈ ਤੇ ਦੇਖੋ ਕਿੰਨੀ ਮਾਸ਼ਾਅੱਲਾ ਟ੍ਰਾਂਸਪੇਰੈਂਟ ਬਣੀ ਆ ਤੇ ਜ਼ਬਰਦਸਤ ਜੀ ਕਿਉਂਕਿ ਇਸ ਤਰੀਕੇ ਨਾਲ ਨਾ ਥੋੜੀ ਹੋਰ ਪਤਲੀ ਹੋ ਜਾਂਦੀ ਆ ਤੇ ਜੇਦੀ ਵਜ੍ਹਾ ਤੋਂ ਜਿਹੜਾ ਨਾ ਬਹੁਤ ਹੀ ਆਸਾਨੀ ਰਹਿੰਦੀ ਆ ਇਹ ਨੀਚੇ ਵਾਲੀਆਂ ਦੋ ਰੋਟੀਆਂ ਸੀ ਉਹ ਵੀ ਥੋੜਾ ਤੰਗ ਹਜੇ ਕਰੀਆਂ ਸੀ ਉੱਚੇ ਤਰ੍ਹਾਂ ਬਨੀਆਂ ਨਹੀਂ ਸੀ ਤੇ ਦੁਬਾਰਾ ਉਹਦੇ ਉੱਤੇ ਰੱਖ ਕੇ ਆਪਾਂ ਜਿਹੜਾ ਵਾ ਬਟਰ ਪੇਪਰ ਤੇ ਉਹਨੂੰ ਮੈਂ ਦੁਬਾਰਾ ਬੇਲ ਲਿਆ ਤੇ ਹੁਣ ਦੇਖੋ ਮਾਸ਼ਾਅੱਲਾ ਚਾਰੀ ਰੋਟੀਆਂ ਆਪਣੀਆਂ ਜ਼ਬਰਦਸਤੀਆਂ ਸਿੱਕ ਗਈਆਂ ਉਹਨਾਂ ਨੂੰ ਦੁਬਾਰਾ ਜੁਆਇੰਟ ਕਰ ਲਿਆ ਤੇ ਹੁਣ ਇਹਦੀ ਆਪਾਂ ਸਾਈਡਾਂ ਸਾਫ਼ ਕਰ ਲਾਂਗੇ ਤੁਸੀਂ ਚਾਹੋ ਤਾਂ ছুরি ਦੇ ਨਾਲ ਵੀ ਕਰ ਸਕਦੇ ਹੋ ਮੈਂ ਪੀਜ਼ਾ ਕਟਰ ਦੇ ਨਾਲ ਕੱਟ ਰਹੀ ਹਾਂ ਤੇ ਐਸਾ ਕੋਈ ਇਸ਼ੂ ਨਹੀਂਗਾ ਕਿ ਜੇ ਪੀਜ਼ਾ ਕਟਰ ਨਹੀਂ ਹੈਗਾ ਤੇ ਆਪਣੇ ਕੋਲੇ ਕੱਟ ਨਹੀਂ ਹੋਣਗੀਆਂ ਤੁਸੀਂ ਤੇਜ਼ ছুরি ਦੇ ਨਾਲ ਵੀ ਇਹ ਕੰਮ ਕਰ ਸਕਦੇ ਹੋ ਤੇ ਇਹ ਆਪਣੀ ਹੈ ਨਾ ਮਾਂਡਾ ਪੱਟੀ ਤਿਆਰ ਹੋ ਗਈ ਆ ਇਹਦੇ ਨਾਲ ਆਪਾਂ ਬਣਾਵਾਂਗੇ ਰੋਲ ਤੁਸੀਂ ਚਾਹੋ ਤੇ ਇਹਨਾਂ ਨੂੰ ਸਮੋਸੇ ਦੀ ਸ਼ੇਪ ਜੇ ਤੁਸੀਂ ਬਣਾਣੀਆਂ ਤੇ ਉਸ ਸ਼ੇਪ ਦੇ ਵਿੱਚ ਵੀ ਇਹਨਾਂ ਨੂੰ ਕੱਟ ਸਕਦੇ ਹੋ ਤੇ ਇਹ ਆਪਾਂ ਰੋਲ ਵਾਲੀ ਮਾਂਡਾ ਪੱਟੀ ਬਣਾਈ ਆ ਤੇ ਇਹ ਦੇਖੋ ਮਾਸ਼ਾਅੱਲਾ ਕਿਨੀ ਜ਼ਬਰਦਸਤ ਤੇ ਟਰਾਂਸਪੇਰੈਂਟ ਆ ਜਿੰਨੀ ਮਰਜ਼ੀ ਹੁ ਤੁਸੀਂ ਫੋਲਡ ਕਰ ਲਓ ਬਿਲਕੁਲ ਵੀ ਟੁੱਟੇਗੀ ਵੀ ਨਹੀਂ ਫਲੈਕਸੀਬਲ ਆ ਹੁਣ ਆਪਾਂ ਇਹਦੀ ਕਰਾਂਗੇ ਸਟਫਿੰਗ ਦੋ ਚਾਰ ਸਬਜ਼ੀਆਂ ਲੈ ਲਈਆਂ ਥੋੜਾ ਜਿਹਾ ਘੀ ਪਾ ਕੇ ਉਹਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਛੋਟੇ ਕਰ ਲਿਆ ਤੇ ਇਹਦੇ ਵਿੱਚ ਪਾਤੇ ਬੁਆਇਲ ਕੀਤੇ ਹੋਏ ਆਲੂ ਸ਼ਿਮਲਾ ਮਿਰਚ ਵਾ ਬੰਦ ਗੋਬੀ ਆ ਗਾਜਰ ਆ ਤੇ ਇਹ ਕਾਲਾ ਨਮਕ ਤੇ ਸੌਰੀ ਕਾਲੀ ਮਿਰਚ ਤੇ ਥੋੜਾ ਜਿਹਾ ਨਮਕ ਸ਼ਾਮਿਲ ਕਰ ਦਿੱਤਾ ਤੇ ਇਹਨਾਂ ਚੀਜ਼ਾਂ ਦੀ ਆਪਾਂ ਸਟਫਿੰਗ ਤਿਆਰ ਕਰ ਲਈ ਆ ਤੇ ਸਟਫਿੰਗ ਦਾ ਸਾਰਾ ਪ੍ਰੋਸੈਸ ਇਸ ਲਈ ਨਹੀਂ ਦੱਸਿਆ ਕਿ ਹਰ ਕੋ ਤੇ ਹੁਣ ਜਿਹੜਾ ਵਾ ਆਪਾਂ ਬਸ ਆਪਾਂ ਇਹਨੂੰ ਰੋਲ ਦੀ ਸ਼ੇਪ ਦੇਣੀ ਸੀ ਤੇ ਇਹ ਰੋਲ ਵੀ ਆਪਾਂ ਤੁਹਾਨੂੰ ਇਸ ਲਈ ਅੱਜ ਇਸ ਤਰ੍ਹਾਂ ਬਿਲਕੁਲ ਸਾਦਾ ਤਰੀਕੇ ਨਾਲ ਸਪਰਿੰਗ ਰੋਲ ਦੀ ਫੋਲਡਿੰਗ ਦੱਸਦੀ ਆ ਤਾਂ ਕਿ ਜਿਹੜੇ ਲੋਕਾਂ ਨੂੰ ਦੂਸਰਾ ਤਰੀਕਾ ਨਹੀਂ ਆਂਦਾ ਜਾਂ ਮੁਸ਼ਕਲ ਲੱਗਦਾ ਵਾ ਤੇ ਚਲੋ ਹੁਣ ਇਹਨੂੰ ਆਪਾਂ ਕਰ ਦਿਆਂ ਫਰਾਈ ਵੀਡੀਓ ਜ਼ਬਰਦਸਤ ਜੀ ਆਪਣੀ ਫਾਈਨਲ ਹੋਣ ਵਾਲੀ ਹੈ ਤੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਸਬਸਕ੍ਰਾਈਬ ਕਰਕੇ ਜਾ ਜੇ ਨਾਲ ਬੈਲ ਆਈਕਨ ਉਸ ਉੱਪਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਈਨਲ ਪਹ ਅਦੀਕੋ ਮਾਸ਼ਾਅੱਲਾ ਜ਼ਬੂਦਾ ਸਤੇ ਆਪਣੇ ਸਪ੍ਰਿੰਗ ਰੋਲ ਜਿਹੜਿਆ ਫਰਾਈ ਹੋ ਗਿਆ ਤੁਸੀਂ ਇਸੇ ਤਰੀਕੇ ਦੇ ਨਾਲ ਸਮੋਸੇ ਵੀ ਬਣਾ ਸਕਦੇ ਹੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਤੱਕ ਲਈ ਅਲਾ ਹਫੇਜ਼